ਗੁਰੂ ਰੂਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਰਾਣਾ ਸੂਰਤ ਸਿੰਘ ਸ੍ਰੀ ਖੰਡੀ ਛੰਦ ਵਿੱਚ ਉਚਾਰਨ ਕੀਤੀ ਗਈ ਹੈ ਇਹ ਉਹ ਲਿਖਤ ਹੈ ਜਿਹੜੇ ਭਾਈ ਸੁਦ ਸਿੰਘ ਜੀ ਰਾਗੀ ਜਦੋਂ ਚైనా ਵਿੱਚ ਗਏ ਸਨ ਤੇ ਨਾਲ ਲੈ ਕੇ ਗਏ ਸਨ ਤੇ ਇਹਨਾਂ ਵਿੱਚੋਂ ਹੀ ਉਹ ਪਰਮਾਰਥ ਦੇ ਭੇਦ ਸੰਗਤਾਂ ਵਿੱਚ ਪ੍ਰਚਾਰਿਆ ਕਰਦੇ ਸਨ ਜਿਨ੍ਹਾਂ ਕਰਕੇ ਬੇਅੰਤ ਸੰਗਤਾਂ ਗੁਰੂ ਚਰਨਾ ਦੇ ਲੜ ਲੱਗੀਆਂ ਉਹਨਾਂ ਨੇ ਸਿਮਰਨ ਜੀਵਨ ਸ਼ੁਰੂ ਕੀਤਾ ਇਸ ਤੋਂ ਇਲਾਵਾ ਜਦੋਂ ਆਪ ਜੀ ਕਈ ਗੁਰਮੁਖਾਂ ਦੇ ਜੀਵਨ ਪੜੋਗੇ ਉਹਨਾਂ ਨੂੰ ਵੀ ਇਸ ਪੁਸਤਕ ਵਿੱਚੋਂ ਬਹੁਤ ਲਾਭ ਪ੍ਰਾਪਤ ਹੋਇਆ ਕਿਉਂਕਿ ਉਹ ਜਿੱਥੇ-ਜਿੱਥੇ ਪਰਮਾਰਥ ਵਿੱਚ اٹਕੇ ਪਏ ਸਨ ਉਹਨਾਂ ਨੂੰ ਅੱਗੇ ਦਾ ਰਾਹ ਇਸ ਪੁਸਤਕ ਵਿੱਚੋਂ ਲਭੇ ਇਸ ਵਿੱਚ ਪਰਮਾਰਥ ਦੇ ਬਹੁਤ ਹੀ ਗਹਿਰੇ ਤੇ ਡੂੰਘੇ ਪਾਉ ਹਰ ਵਿਸ਼ੇ ਦੇ ਦਰਜ ਕੀਤੇ ਗਏ ਹਨ ਸੋ ਇਸ ਲਿਖਤ ਦਾ ਸੰਖੇਪ ایਉ ਹੈ ਕਿ ਰਾਣੀ ਰਾਜਕੌਰ ਜਿਹੜੀ ਸੀ ਉਹ ਰਾਣਾ ਸੂਰਜ ਸਿੰਘ ਜੀ ਦੀ ਧਰਮ ਸੁਪਤਨੀ ਸੀ ਰਾਣਾ ਸੂਰਜ ਸਿੰਘ ਜੀ ਇੱਕ ਮਹਾਨ ਗੁਰਮੁਖ ਸਨ ਪਰ ਰਾਣੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਉਹ ਉਹਨਾਂ ਦੇ ਸਰੀਰ ਨਾਲ ਪਿਆਰ ਕਰਦੀ ਸੀ ਤੇ ਰਾਣਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੌਲੀ-ਹੌਲੀ ਉਹਨਾਂ ਦੇ ਇਸ ਪਿਆਰ ਨੂੰ ਗੁਰਸਿੱਖੀ ਪਿਆਰ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਮਰਾਂ ਨੇ ਸਾਥ ਨਹੀਂ ਦਿੱਤਾ ਤੇ ਰਾਣੀ ਰਾਜਕੌਰ ਜੀ ਗੁਰਮੁਖ ਪਤ ਨੂੰ ਅਪਣ ਨਹੀਂ ਸਕੇ ਉਹ ਜੋ ਗੁਰਸਿੱਖੀ ਨਾਲ ਬੜਾ ਪਿਆਰ ਕਰਦੀ ਸੀ ਰਾਣੇ ਜੀ ਦੇ ਸ਼ਰੀਰ ਛੱਡਣ ਤੋਂ ਬਾਅਦ ਆਪ ਜੀ ਨੂੰ ਡਾਢਾ ਸਦਮਾ ਲੱਗਾ ਤਾਂ ਕਿਤਾਬ ਦੇ ਸ਼ੁਰੂਲੇ ਪੰਨਿਆਂ ਵਿੱਚ ਬਿਰਹਾ ਦਾ ਬਹੁਤ ਸੋਹਣਾ ਜਿਹੜਾ ਸੀ ਵਿਸਥਾਰ ਕੀਤਾ ਭਾਈ ਸਾਹਿਬ ਜੀ ਨੇ ਉਸ ਤੋਂ ਬਾਅਦ ਫਿਰ ਜਿੱਥੇ-ਜਿੱਥੇ ਵੀ ਇਸ ਨੂੰ ਆਪਣੇ ਪਿਆਰੇ ਪਤੀ ਦੀਆਂ ਨਿਸ਼ਾਨੀਆਂ ਮਿਲਣ ਦੀ ਸੂ ਲੱਗਦੀ ਉੱਥੇ ਪਹੁੰਚ ਜਾਂਦੀ ਐਉਂ ਕਰਦੀ ਕਰਦੀ ਆਪ ਜੀ ਨੂੰ ਪਤਾ ਚੱਲਿਆ ਕਿ ਇੱਕ ਪਹਾੜ ਹੈ ਉੱਥੇ ਇੱਕ ਪਰੀ ਰਹਿੰਦੀ ਹੈ ਉਸ ਨੂੰ ਵੀ ਮੇਰੇ ਕੰਤ ਜੀ ਮਲੇ ਸਨ ਤੂੰ ਉੱਥੇ ਜਾਂਦੀ ਹੈ ਉੱਥੋਂ ਆਪ ਜੀ ਨੂੰ ਕੋਈ ਪੱਤਰ ਮਿਲਦੇ ਹਨ ਤੇ ਉਸ ਪੱਤਰ ਤੋਂ ਸਤਸੰਗ ਦੀ ਸੂ ਮਿਲਦੀ ਹੈ ਉਸ ਸਤਸੰਗ ਵਿੱਚ ਬੜਾ ਗੁੰਝਾ ਲੁਕਾ ਸਤਸੰਗ ਸੀ ਹਰ ਕਿਸੇ ਨੂੰ ਪਤਾ ਨਹੀਂ ਸੀ ਉਸ ਸਤਸੰਗ ਵਿੱਚ ਜਾ ਕੇ ਇਸ ਨੂੰ ਅੰਦਰਲੇ ਆਤਮਕ ਭੇਦ ਖੁੱਲਦੇ ਹਨ ਤੇ ਅੰਤ ਨੂੰ ਗੁਰਮੁਖ ਪਦਵੀ ਤੇ ਅਪੜਦੀ ਹੈ ਸੋ ਅਸੀਂ ਹੁਣ ਕੁਝ ਕੋ ਜਾਣ ਸ਼ਾਬ ਜੀ ਨੂੰ ਪੜ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਆਪ ਜੀ ਦੇ ਅੰਦਰ ਇਹ ਚਾਹਨਾ ਉੱਭজে ਕਿ ਇਹ ਪੁਸਤਕ ਜਿਹੜੀ ਬੜੀ ਅਮੋਲਕ ਹੈ ਉਹ ਪੜ ਕੇ ਅਸੀਂ ਆਨੰਦ ਮਾਣੀ ਜਿਉਂ-ਜਿਉਂ ਅਸੀਂ ਪੜਾਂਗੇ ਧਿਆਨ ਨਾਲ ਬਿਰਹ ਤੋਂ ਬਾਅਦ ਜਦੋਂ ਪਰੀ ਮਹਿਲ ਚੜਾਈ ਆਏਗੀ ਸਵਾਦ ਆਂਦਾ ਜਾਵੇਗਾ ਤੇ ਅੰਤ ਤੱਕ ਜਾਂਦੇ ਜਾਂਦੇ ਵਿਸਮਾਦ ਹੋਏ ਬਿਨਾ ਅਸੀਂ ਰਹਿ ਨਹੀਂ ਸਕਦੇ ਸਵਾਉ ਪਿਆਰ ਨਾਲ ਸਰਵਣ ਕਰੀਏ ਅੱਜ ਦੀ ਜਿਹੜਾ ਅੰਸ਼ ਹੈ ਉਹ ਹੈ ਪੱਤਰ ਉਚੇਰੇ ਲੋਕ ਰਹੇ ਜੀ ਖਲਕਤ ਵਿੱਚ ਖਲਕਤ ਜਿਹੜਾ ਧੌਣ ਉਚੇਰੀ ਕੱਢ ਉੱਚਾ ਨਾਂ ਟੁਰੇ ਆਪਨਾ ਆਪ ਜਤਾਏ ਜਣਾਵੇਂ ਨਾ ਰਤੀ ਬੇਮਲੂਮਾ ਕਾਲ ਸੋਖਾ ਬੀਤ ਸੀ ਖਲਕਤ ਵਾਲਾ ਹਾਲ ਤੇਰਾ ਹੋਸੀ ਜਿਕਰ ਉਹਨਾਂ ਨਾਲ ਸਧਾਰਨ ਬੀਤਦੀ ਤਿੱਕਰ ਤੇਰੇ ਨਾਲ ਤੇਹੀ ਲੰਘ ਸੀ ਤੇ ਹਾਂ ਦੇਣਾ ਜੀ ਜੇ ਖਲਕਤ ਵਿੱਚ ਅਸੀਂ ਸਿਰ ਉੱਚਾ ਕਰਕੇ ਨਹੀਂ ਜੀਵਾਂਗੇ ਤਾਂ ਸਧਾਰਨ ਜ਼ਿੰਦਗੀ ਨਿਕਲ ਜਾਏਗੀ ਹੁਣ ਅੱਗੋਂ ਪਰ ਜੇ ਉੱਚੀ ਧੋਣ ਖਲਕੋਂ ਕੱਢ ਸੀ ਲੋਕਾਂ ਦੇ ਸਿਰ ਨਾਲ ਮੋਢਾ ਮੇਲ ਸੇ ਉਂਗਲ ਤੇਰੀ ਵੱਲ ਸਭ ਦੀ ਹੋਵ ਸੀ ਬਣੇ ਨਿਸ਼ਾਨਾ ਫੇਰ ਫੰਡਿਆ ਜਾਵ ਸੇ ਲੋੜ ਬਿ ਲੋੜੇ ਲੋਕ ਫੁੰਡਣ ਆਣ ਕੇ ਚਾਨਦ ਮਾਰ ਦੇ ਚੰਦ ਵਾਂਗੂ ਬਿਨੀ ਐ ਇੱਕੁਰ ਸੱਟਾਂ ਖਾਏ ਦੁੱਖ ਦਿਲ ਹੋਉਂਦਾ ਬਚਣੇ ਦੀ ਇੱਕ ਢੋਲ ਸਿੱਖੇ ਜੇ ਕਦੀ ਤਦ ਬੀਤੇਗਾ ਕਾਲ ਰੋਵਣ ਤੋਂ ਬਿਨ ਦੇਖ ਪर्वਤਾਂ ਵੱਲ ਉੱਚੇ ਜੋ ਖੜੇ ਸਿੱਖਿਆ ਦੇਵਣ ਇਹ ਬਹੁਤ ਅਮੁੱਲ ਵੀ ਜਿਉਂ ਦੇ ਮੋਏ ਇਹ ਮਾਨੋ ਆਖ ਦੇ ਜਿਉਂ ਦੇ ਮਰ ਕੇ ਮੀਤ ਜੀਵਨ ਕਟਿਏ ਦੇਹੀਏ ਆਪ ਲੁਟਾਏ ਪਹਿਲੋਂ ਲੋਟਿਓ ਪਰਬਤ ਉੱਚੇ ਇਹ ਪ੍ਰਭ ਜੀ ਨੇ ਰਚੇ ਖੜੇ ਸਿਰਾਂ ਨੂੰ ਕੱਢ ਪਰ ਇਹ ਦੇਖਣਾ ਬਰਖਾ ਬਰਫਾਂ ਧੁੰਦ ਗੜਿਆਂ ਨਾਲ ਹੈ ਇੱਥੇ ਪੈਂਦਾ ਆਣ ਪਾਣੀ ਢੇਰ ਹੈ ਸਿਰ ਤੇ ਲੈ ਕਬੂਲ ਪਰਬਤ ਨੀਰ ਨੂੰ ਪਰ ਛੱਟ ਦੇਵੇ ਤੋਰ ਲੋਕਾਂ ਵਾਸਤੇ ਹਾਂਜੀ ਸਿਰ ਤੇ ਲੈ ਕਬੂਲ ਪਰਬਤ ਨੀਰ ਨੂੰ ਪਰ ਛੱਟ ਦੇਵੇ ਤੋਰ ਲੋਕਾਂ ਵਾਸਤੇ ਖੁਸ਼ਕ ਮੈਦਾਨਾਂ 'ਵਲ ਇਸ ਨੂੰ ਰੋੜਦਾ ਤਾਂ ਜੋ ਪਰਉਪਕਾਰ ਜਾ ਕੇ ਇਹ ਕਰੇ ਪਰਬਤ ਦਾ ਇਹ দান ਦੇਸ ਵਸਾਉਂਦਾ ਜੋ ਪਾਣੀ ਰਹਿ ਜਾਏ ਪਰਬਤ ਜੀਉ ਰਿਆ ਉਹ ਵੀ ਸੋਮੇ ਪਹਾੜ ਪਰਬਤ ਕੱਢਦਾ ਜੀਵ ਜੰਤ ਮਨੁੱਖ ਸਭ ਦੀ ਤਰੇ ਨੂੰ ਦੇਵੇ ਜਾਏ 부ਜਾਏ ਮਿੱਠਾ ਨੀਰ ਏ ਬਣ ਨਦੀਆਂ ਦਾ ਨੀਰ ਖੇਤੀ ਪਾਲਦਾ ਜੋ ਬਾਕੀ ਕੁਝ ਹੋਰ ਪਰਬਤ ਮੇਮਦਾ ਉਸ ਤੋਂ ਪਰਬਤ ਰਾਜ ਰੁੱਖ ਉਗਾਉਂਦਾ ਵੱਡੇ ਭਾਰੇ ਰੁੱਖ ਦਿਆਰਾ ਚੀਲਦੇ ਜਿਨ੍ਹਾਂ ਨਾਲ ਮਨੁੱਖ ਮਹਿਲ ਉਸਾਰਦੇ ਫਿਰ ਐਸੇ ਕਈ ਹੋਰ ਰੁੱਖ ਉਗਾਉਂਦਾ ਕੋਠ ਜਿਨ੍ਹਾਂ ਦਾ ਢੇਰ ਕਾਜ ਸਵਾਰ ਦਾ ਵਾਹੀਓ ਬਿਨਾ ਉਗਾਏ ਦੇਂਦਾ ਫੁੱਲ ਹੈ ਦੇਣ ਸੁਗੰਧੀ ਰੰਗ ਮੋਹਣ ਜਗ ਨੂੰ ਬੂਟੀਆਂ ਅੰਤੋਂ ਪਾਰ दारू ਵਾਲੀਆਂ ਐਸੀਆਂ ਤਰੇ ਉਗਾਏ ਰੋਗਾਂ ਵਾਸਤੇ ਜੋ ਅੰਮ੍ਰਿਤ ਦੇ ਵਾਂਗ ਖਾਦੇ ਪੌਂਦੀਆਂ ਵੈਦ ਹਕੀਮਾ ਜੋਗ ਪਰਬਤ ਬੂਟੀਆਂ ਮੂੜੀ ਜਾਣੋ ਰਾਸ ਦੌਲਤ ਮਾਲ ਹੈ ਇਨ੍ਹਾਂ ਬੂਟੀਆਂ ਬਾਜ ਇਕੁਰ ਵੈਦ ਹੈ ਜਿ ਕੋ ਰਾਸੋ ਬਾਜ ਹੋਵੇ ਬਾਣੀ ਫਿਰ ਅੰਮ੍ਰਿਤ ਫਲ ਏ ਮਾਲੀ ਤੋਂ ਬਿਨਾ ਆਪੇ ਦੇ ਉਗਾਏ ਮਿਹਨਤ ਲੋੜਨਾ ਨਿਉ ਜੇ ਤੇ ਅਖਰੋਟ ਬੰਟਕ ਸੁਹਾਵਣੇ ਭਾਂਤ ਪਾਨ ਦੇ ਹੋਰ ਫਲ ਹਨ ਮੌਲ ਦੇ ਥੋੜੀ ਮਿਹਨਤ ਨਾਲ ਇਥੇ ਹੋਉਂਦੇ ਨਾਸ਼ਪਤੀ ਬਦਾਮ ਸਿਓ ਖੁਰਮਾਨੀ ਇਹ ਸਾਰੇ ਭੰਡਾਰ ਪਰਬਤ ਦੇਵ ਦਾ ਮੂਲ ਨਾ ਮੰਗਦਾ ਕੁਝ ਵਟਾ ਕੁਝ ਵੀ ਕਰਦਾ ਨਹੀਂ ਹਸਾਨ ਰੱਖਦਾ ਯਾਦ ਨਾ ਫਿਰ ਇਹ ਆਪਣਾ ਆਪ ਲੋਕਾਂ ਵਾਸਤੇ ਖਾਰ-ਖਾਰ ਕੇ ਨਿਤ ਅਰਪਣ ਹੈ ਕਰੇ ਟੁਕੜੇ ਹੋ ਹੋ ਆਪ ਕਸ ਰਗੜੀਚ ਕੇ ਵਟੇ ਬਜਰੀ ਰੇਤ ਹੋ ਹੋ ਟੁੱਟਦਾ ਰੇਤੋਂ ਪਲ ਹੋ ਜਾਏ ਨਦੀਆਂ ਦੇ ਵਿਖੇ ਪਦਰ ਥਾਈ ਜਾਏ ਵਿਛੇ ਜੋ ਪਹਿਲੀਆਂ ਦੇਵੇ ਡਾਡਾ ਜੋਰ ਧਰਤੀ ਸੌਰ ਦੀ ਖੇਤੀ ਪਾਇ ਜੋਰ ਹੁੰਦੀ ਢੇਰ ਹੈ ਪੱਥਰ ਨਦੀਆਂ ਰੋੜ ਨਾਲ ਰੁਣੀਮ ਦੇ ਜਾਇ ਮੈਦਾਨਾ ਕੋਲ ਕਮੀ ਆਉਂਦੀ ਕਲੀਆਂ ਵਟੇ ਸਾੜ ਕਲੀ ਬਣਾਉਂਦਾ ਰਾਜ ਲਗਾਵੇ ਇਹ ਰਚੇ ਇਮਾਰਤਾਂ ਇਥੇ ਹੀ ਨਾ ਜਾਣ ਪर्वਤ ਠਹਿਰਦਾ ਅੰਦਰ ਆਪਣਾ ਪਾੜ ਅਰਪਣ ਹੈ ਕਰੇ ਖਾਣਾ ਅਕਸਰ ਹੋਣ ਪर्वਤ ਦੇ ਵਿਖੇ ਸੋਨਾ ਚਾਂਦੀ ਲੋਹਾ ਤਾਂਬਾ ਤੇ ਕਲੀ ਸਿੱਕਾ ਜਿਸਤ ਅਨੇਕ ਧਾਤਾਂ ਅੰਦਰੋਂ ਪर्वਤ ਕੁਖੋਂ ਬਾਰ ਅਕਸਰ ਆਉਂਦੀਆਂ ਛੁਪੀਆਂ ਇਹ ਹਨ ਵਿੱਚ ਇਠਾਂ ਅੰਦਰੇ ਜਦੋਂ ਪर्वਤ ਤੋਂ ਜਾਏ ਧਾਤਾਂ ਮੰਗੀਆਂ ਪਾੜ ਆਪਣਾ ਆਪ ਪਰਬਤ ਦੇਵ ਦਾ ਮੱਥੇ ਪਾਏ ਨਾ ਵਟ ਕਰੇ ਹਿਸਾਨਾ ਭਾਂਤ ਭਾਂਦ ਦੇ ਹੋਰ ਪੱਥਰ ਸੋਹਣੇ ਮਰਮਰ ਸੰਗ ਮਸਾਏ ਮੁੱਲਾ ਵਾਲੜੇ ਆਪੇ ਵਿੱਚੋਂ ਦਾਨ ਪਰਬਤ ਦੇਵ ਦਾ ਪਥਰ ਘਾੜਾ ਜਾਏ ਮੰਗੇ ਹੈ ਜਦੋਂ ਇਸ ਤੋਂ ਵੱਧ ਕੇ ਹੋਰ ਆਪਣੇ ਆਪ ਦੀ ਮਣੀ ਮੁਕੜ ਜੋ ਚੀਜ਼ ਮੁੱਲੋਂ ਬਾਹਰੀ ਹੀਰੇ ਰਤਨ ਅਪਾਰ ਲਾਲ ਤੇ ਲਸਨੀ ਲਬਣ ਹਾਰੇ ਜੋ ਪਰਬਤ ਦੇਵ ਦਾ ਨੀਲਮ ਤੇ ਪੁਖਰਾਜ ਪੰਨੇ ਚੂਨੇ ਸਭ ਪਰਬਤ ਦੀ ਦਾਤ ਦੁਨੀਆਂ ਜੋਗ ਹੈ ਦਾਤਾ ਬਣਿਆ ਐਉਂ ਪਰਬਤ ਰਾਜ ਹੈ ਦਿੰਦਾ ਦਿੰਦਾ ਜਾਏ ਮੰਗੇ ਨਾ ਕਦੀ ਉੱਚ ਹੋਣ ਦੀ ਲਾਜ ਰੱਖੀ ਇਸ ਨੇ ਹਾਂਜੀ ਜੇ ਉੱਚਾ ਹੋਣਾ ਹੈ ਤਾਂ ਇਸ ਤਰ੍ਹਾਂ ਪਰਬਤ ਵਾਂਗ ਉੱਚ ਹੋਣ ਦੀ ਲਾਜ ਰੱਖੀ ਇਸ ਨੇ ਆਪਣੇ ਲਈ ਇਹ ਮੋਤ ਮਰਦਾ ਸੋਹਣੀ ਪਰ ਉਪਕਾਰਾਂ ਜੋਗ ਸਦਹੀ ਜੀਵਦਾ ਬਲੀਦਾਨ ਹੈ ਰੂਪ ਇਸ ਦੀ ਹੋਂਦ ਦਾ ਫੰਬਿਆ ਉੱਚਾ ਹੋਣ ਇਸ ਦਾ ਸੋਹਣਾ ਤੂੰ ਹੈ ਮਿੱਤਰ ਸੁਝਾਨ ਜਿਸ ਨੂੰ ਰੱਬ ਨੇ ਕੀਤਾ ਉੱਚਾ ਆਪ ਖਲਕਤ ਆਮਤੋਂ ਦਾਤਾ ਪਦ ਤੇ ਖੇਡ ਦੇਵਣ ਹਾਰ ਹੋ ਜਾਚਕ ਭਾਉ ਨਾ ਤਾਰ ਬਿਰਤੀ ਵਿੱਚ ਤੂੰ ਦੇਵਣ ਹਾਰ ਦਾ ਤਾਰ ਲੈਣੋ ਸੰਗਣਾ ਦੇਂਦਿਆ ਕਦੇ ਨਾ ਰੋਸ ਗੁੱਸਾ ਖਾਵਣਾ ਦੇ ਕੇ ਕਦੀ ਹਸਾਨ ਕਰਨਾ ਨਾ ਰਤੀ ਦੇ ਕੇ ਮੂਲੋਂ ਯਾਦ ਕਦੀ ਨਾ ਰੱਖਣਾ ਮੈਂ ਦਾਤਾ ਅਹੰਕਾਰ ਨਹੀਂ ਫਰਾਵਣਾ ਉਹ ਸੁਰਤਾਂ ਨਿਸ਼ਕਾਮ ਦਾਤ ਕਰਾਉਣ ਸਫਲ ਉਚਾਈ ਐ ਹੋਣੀ ਤਾਂ ਰੋਗ ਹੈ ਕਈ ਤਰ੍ਹਾਂ ਦੇ ਦੁੱਖ ਪੈਦਾ ਏ ਕਰੇ ਅਫਲ ਝੰਟਲੇ ਵਾਂਗ ਉੱਚਾ ਹੋਵੇਂ ਸੇ ਸਿੰਮਲ ਵਾਂਗ ਬਰਸ ਉੱਚਾ ਹੋਵੇਂ ਸੇ ਉੱਚਾ ਗੁੱਡੀ ਵਾਂਗ ਐਵੇਂ ਉੱਡ ਕੇ ਟੁੱਟ ਰਸਾਤਲ ਵਿੱਚ ਰੁਲ ਸੇ ਬੇਪਤਾ ਚੀਲ ਉਡਾਰੀ ਮਾਰ ਚੜੇ ਆਕਾਸ਼ ਤੇ ਡਿੱਗੇ ਮੁਰਦਾ ਵੇਖ ਤ੍ਰਿਗ ਉਚਾਨ ਹਾਂਜੀ ਚੀਲ ਉਡਾਰੀ ਮਾਰ ਚੜੇ ਆਕਾਸ਼ ਤੇ ਡਿੱਗੇ ਮੁਰਦਾ ਵੇਖ ਧ੍ਰਿਗ ਉਚਾਨ ਨੂੰ ਉੱਚਾ ਪਰਬਤ ਵਾਂਗ ਸਜਣ ਹੋਵਣ ਉੱਚਾ ਬੱਦਲ ਵਾਂਗ ਹੋਣਾ ਲੋੜੀਏ ਉੱਚਾ ਵਾਂਗੂ ਚੰਦ ਹੋਣਾ ਸੋਹਣਾ ਉੱਚਾ ਸੂਰਜ ਵਾਂਗ ਹੋਣਾ ਹੈ ਫੱਬੇ ਉੱਚਾ ਤ੍ਰੂ ਦੇ ਵਾਂਗ ਬਣਦਾ ਵਾਹਵਾ ਅਟਲ ਖੜੋਤਾ ਦੇਖ ਵਿੱਚ ਆਕਾਸ਼ ਦੇ ਤਾਰਿਆਂ ਸਭਾਂ ਵਿਚਾਲ ਬਣਿਆ ਕੇਂਦਰ ਜੋ ਸਾਰੇ ਹੁਮਕਮ ਜਾਣ ਦੁਆਲੇ ਇਸ ਦੇ ਅਟਲ ਇਸ ਦਾ ਸਾਜ ਹੈ ਉਪਕਾਰਿਆ ਸੱਚ ਉਚਾਈ ਪਾਏ ਉੱਚਾ ਹੋਵਣਾ ਰਹੇ ਨਿਸ਼ਕਾਮ ਨਿਰਲੇਪ ਦਾਤਾ ਦੇਣੀ ਦਾਤਾ ਪਦ ਦੀ ਪਹੁੰਚ ਕਰੀ ਪ੍ਰਾਪਤੰ ਫਿਰ ਦੁੱਖ ਕਾਟਣ ਹਾਰ ਜਗ ਦਾ ਤੂੰ ਬਣੇ ਜੈਸੇ ਸਤਗੁਰ ਆਪ ਹੈ ਫਰਮਾਇਆ ਕੋਏ ਦਾਤੇ ਦੁੱਖ ਕਾਟਣ ਹਾਰ ਜਾਂ ਕਹਿ ਸੰਗ ਤਰੇ ਸੰਸਾਰ ਐ ਉਚਾਈ ਧਾਰ ਜੇ ਤੈ ਧਾਰਣੀ ਨਾਏ ਤਾਂ ਨੀਵਾ ਹੋਏ ਜੀਵਨ ਕਟਲੇ ਹਾਂਜੀ ਐ ਉਚਾਈ ਧਾਰ ਜੇ ਤੈ ਧਾਰਣੀ ਨਾਏ ਤਾਂ ਨੀਵਾ ਹੋਏ ਜੀਵਨ ਕਟਲੇ ਜਿਕੁਰ ਖੂਣੀਆਂ ਕੱਟ ਤੁਰੀਆਂ ਜਗ ਤੋਂ ਮਰ ਮਿਟ ਗਏ ਉਹ ਮਰ ਮਿਟ ਗਏ ਉਹ ਵਾਂਗ ਕਾਸ ਕੇ ਫੂਸ ਦੇ ਇਹ ਰਖ ਲੰਮਾ ਸਾਹ ਲੈ ਕੇ ਆਖ ਦੀ ਕੌਣ ਕਰੇ ਆਮੁੱਲ ਇਸ ਉਪਦੇਸ਼ ਦਾ ਗਾਤਾ ਪਦ ਦੀ ਉੱਚ ਅੰਦਰ ਆਵ세 ਤਾਂ ਦੁੱਖ ਕਟਣਹਾਰ ਹੋਵੇ ਜਗ ਦਾ ਜਿਸ ਦੀ ਬਿਰਤੀ ਵਿੱਚ ਜਾਚਕ ਅੰਸ਼ ਹੈ ਉਹ ਦੁੱਖ ਕਟਣਹਾਰ ਹੋ ਨਹੀਂ ਸਕਦਾ ਫਿਰ ਵਾਵਾ ਮੂੰ ਆਖ ਫੜਦੀ ਹੋਰ ਹੈ ਕਾਗਤ ਸੁੰਦਰ ਇੱਕ ਜਿਸ ਦਾ ਭਾਵ ਏ ਸੋ ਅਗਲਾ ਪੱਤਰ ਫਿਰ ਪੜ੍ਹਦੀ ਹੈ ਉਹ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ